ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ ਪੰਜਵਾਂ ਤਿਪਦੇ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਦੁਖ ਬਿਨਸੇ ਸੁਖ ਕੀਆ ਨਿਵਾਸਾ ਤ੍ਰਿਸ਼ਨਾ ਜਲਨ ਬੁਝਾਈ ਨਾਮ ਨਿਦਾਨ ਸਤਿਗੁਰ ਦਿਰੜਾਇਆ ਬਿਨਸ ਨਾ ਆਵੇ ਜਾਈ ਦੁਖ ਬਿਨਸੇ ਸੁਖ ਕੀਆ ਨਿਵਾਸਾ ਤ੍ਰਿਸ਼ਨਾ ਜਲਨ ਬੁਝਾਈ ਨਾਮ ਨਿਦਾਨ ਸਤਿਗੁਰੂ ਦਿਰੜਾਇਆ ਬਿਨਸ ਨਾ ਆਵੇ ਜਾਈ ਅੱਜ ਅਪਮਾਇਆ ਬੰਧਨ ਟੁੱਟੇ ਪਾਏ ਕਿਰਪਾਲ ਦਿਆਲ ਪ੍ਰਭ ਮੇਰੇ ਸਾ ਸੰਗਤ ਮਿਲ ਛੂਟੇ ਰਹੋ ਹੱਥ ਪੈਰ ਹਰ ਕੇ ਗੁਣ ਗਾਵੇ ਭਗਤ ਪ੍ਰੇਮ ਰਸ ਮਾਤਾ ਹਰ ਸੋ ਦੋ ਮੈਂ ਨਿਰਾਲਾ ਕਰਨੇ ਹਾਰ ਬਛਾਤਾ ਜਿਸਕਾ ਸਾਥ ਨਹੀਂ ਰੱਖ ਲਿਆ ਸਗਤ ਜੁਗਤ ਬਣ ਆਈ ਕਉ ਨਾਨਕ ਪ੍ਰਭ ਪੁਰਖ ਦਿਆਲਾ ਕੀਮਤ ਕਹਿਣ ਨ ਜਾਈ ਜਿਸਕਾ ਸਾਥ ਨਹੀਂ ਰੱਖ ਲਿਆ ਸਗਤ ਜੁਗਤ ਬਣ ਆਈ ਕਉ ਨਾਨਕ ਪ੍ਰਭ ਪੁਰਖ ਦਿਆਲਾ ਕੀਮਤ ਕਹਿਣ ਨ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਸਿੰਘ ਜੀ ਜੀ ਗੁਰੂ ਅਰਜਨ ਸਾਹਿਬ ਜੀ ਪੰਚਮ ਪਾਤਸ਼ਾਹ ਜੀ ਦਾ ਵਚਨ ਹੈ ਬੜੇ ਪਿਆਰ ਸ਼ਰਧਾ ਸੇ ਸੁਣੋ ਸਾਧ ਸੰਗਤ ਜੀ ਆਪ ਆਏ ਹੋ ਆਪਣਾ ਵਕਤ ਨਿਕਾਲ ਕੇ ਘਰ ਕੇ ਰੋਜਾਓ ਸੇ ਛੋੜ ਕੇ ਇਸ ਵਚਨ ਮੈਂ ਮੇਰੇ ਗੁਰੂ ਅਰਜਨ ਸਾਹਿਬ ਜੀ ਬੜੇ ਸ਼ਰਧਾ ਸੇ ਪਿਆਰ ਸੇ ਕਹਿਤੇ ਹੈ ਜਬ ਆਪ ਸਾਧ ਸੰਗਤ ਮੈਂ ਆ ਗਏ ਗੁਰੂ ਕੀ ਸ਼ਰਨ ਮੈਂ ਆ ਗਏ ਪਰਮਾਤਮਾ ਕੋ ਪਕੜ ਲਿਆ ਪਰਮਾਤਮਾ ਕੇ ਪਾਸ ਆ ਗਏ ਤੋ ਉਸ ਗੁਰੂ ਨੇ ਆਪਕੇ ਜਿਤਨੇ ਵੀ ਦੁੱਖ ਹੈ ਨਾ ਸਭ ਕਾ ਨਿਵਾਸਾ ਜੋ ਆਪਕੋ ਹੋਣਾ ਥਾ ਦੁੱਖ ਬਿਨ ਸੇ ਸੁੱਖ ਕੀਆ ਦੁੱਖ ਖਤਮ ਹੋ ਗਏ ਸੁੱਖ ਕਾ ਨਿਵਾਸ ਹੋ ਗਿਆ ਔਰ ਜੋ ਹਮਾਰੇ ਦਿਲ ਮੈਂ ਹਮਾਰੇ ਜੀਵਨ ਮੈਂ ਜੋ ਜਲਨ ਹੈ ਨਾ ਈਰਕਾ ਕੀ ਕਾਮ ਕਰੋ ਲੋਭ ਅਹੰਕਾਰ ਤ੍ਰਿਸ਼ਨਾ ਲਾਲਸਾ ਕਹਤੇ ਆਪ ਇਹ ਖਤਮ ਹੋ ਗਈ ਬਿਨਸ ਗਏ ਖਤਮ ਹੋ ਗਈ ਔਰ ਇਹ ਦੁੱਖ ਕਾ ਨਿਵਾਸ ਹੋ ਗਿਆ ਨਾਮ ਨਿਦਾਨ ਸਤਿਗੁਰੂ ਦਿਰਾਇਆ ਬਿਨਸ ਨਾ ਆਵੇ ਜਾਏ ਜਬ ਸੇ ਗੁਰੂ ਨਾਮ ਕਾ ਪਰਮਾਤਮਾ ਕੇ ਨਾਮ ਕਾ ਖਜ਼ਾਨਾ ਨਿਦਾਨ ਮੈਂ ਨਾ ਖਜ਼ਾਨਾ ਹੋਤਾ ਹੈ ਉਸਕੀ ਕਿਰਪਾ ਹੋ ਗਈ ਉਸ ਸਤਿਗੁਰ ਕੀ ਉਹ ਅਗਰ ਹਮਾਰੇ ਕੋ ਦ੍ਰਿੜ ਕਰਕੇ ਦੇ ਦਿਆ ਜਾਂ ਹਮਨੇ ਲੈ ਲਿਆ ਆਪਣੇ ਅੰਦਰ ਤੋ ਇਹ ਜੋ ਜੀਵਨ ਕਾ ਹਮਾਰਾ ਆਉਣਾ ਜਾਣਾ ਇਸ ਸੰਸਾਰ ਮੈਂ ਮੁਕਤ ਹੋ ਗਿਆ ਹਮਾਰਾ ਫਿਰ ਜੀਵਨ ਮੁਕਤ ਹੋ ਗਿਆ ਹਮਾਰਾ ਇਸ ਸੰਸਾਰ ਮੈਂ ਆਉਣਾ ਜਾਣਾ ਖਤਮ ਹੋ ਜਾਏਗਾ ਹਮਾਰੇ ਕੋ ਉਸ ਪ੍ਰਭੂ ਕੀ ਸ਼ਰਨ ਮਿਲ ਜਾਏਗੀ ਉਸ ਪ੍ਰਭੂ ਕੀ ਸ਼ਰਨ ਮੈਂ ਹਮ ਚਲੇ ਜਾਏਂਗੇ ਹਰ ਜਪ ਮਾਇਆ ਬੰਧਨ ਟੁੱਟੇ ਜੋ ਇਹ ਮਾਇਆ ਕੇ ਬੰਧਨ ਹੈ ਨਾ ਉਸ ਪ੍ਰਭੂ ਕਾ ਨਾਮ ਜਪਣੇ ਸੇ ਸਭ ਟੁੱਟ ਗਏ ਖਤਮ ਹੋ ਗਏ ਬਿਲਕੁਲ ਹਮ ਨਿਰਵੈਰ ਹੋ ਗਏ ਭਾਏ ਕਿਰਪਾਲ ਦਿਆਲ ਪ੍ਰਭ ਮੇਰੇ ਸਤ ਸੰਗਤ ਮਿਲ ਚੁੱਕੇ ਮੈਨੇ ਆਪਕੋ ਬਤਾਇਆ ਨਾ ਕਿ ਗੁਰੂ ਅਰਜਨ ਸਾਹਿਬ ਜੀ ਕਹਿਤੇ ਕਿ ਸਾਧ ਸੰਗਤ ਮੈਂ ਆਉਣ ਸੇ ਮਾਰੇ ਦੁੱਖ ਖਤਮ ਹੋ ਗਏ ਔਰ ਸੁੱਖ ਆ ਗਏ ਇਸੀ ਤਰ੍ਹਾਂ ਹੀ ਹਮ ਵੀ ਭਾਈ ਕਿਰਪਾਲ ਦਿਆਲ ਪ੍ਰਭ ਮੇਰੇ ਸਾਧ ਸੰਗਤ ਮਿਲ ਚੁੱਕੇ ਸਾਧ ਸੰਗਤ ਮੈਂ ਆਉਣ ਸੇ ਸਾਧ ਸੰਗਤ ਮਿਲਣ ਸੇ ਮੇਰੇ ਪ੍ਰਭੂ ਤੇਰੀ ਕਿਰਪਾ ਹੋ ਗਈ ਹੈ ਮੇਰੇ ਦਿਆਲੂ ਪਿਤਾ ਮੇਰੇ ਸੱਚੇ ਮਾਲਕ ਮੇਰੇ ਸਾਰੇ ਬੰਧਨ ਛੁੱਟ ਗਏ ਜਿਤਨੇ ਬੰਧਨੋਂ ਮੈਂ ਪੜਾ ਥਾ ਮੈਂ ਛੁੱਟ ਗਿਆ ਕਿਉਂਕਿ ਮੈਂ ਆਪ ਤੇਰੀ ਸ਼ਰਨ ਮੈਂ ਆ ਗਿਆ ਪ੍ਰਭੂ ਕੀ ਸ਼ਰਨ ਮੈਂ ਆ ਗਿਆ ਪ੍ਰਭੂ ਕੇ ਨਾਮ ਕੀ ਸ਼ਰਨ ਮੈਂ ਆ ਗਿਆ ਰਹਾਓ ਆਠ ਪੈਰ ਹਰ ਹਰ ਕੇ ਗੁਣ ਗਾਵੇ ਭਗਤ ਪ੍ਰੇਮ ਰਸ ਰਾਤਾ ਆ ਪ੍ਰਭੂ ਮੈਂ ਆਠ ਪੈਰ ਹਰ ਵਕਤ ਤੇਰਾ ਨਾਮ ਲੈਂਦਾ ਹਾਂ ਤੇਰੇ ਗੁਣ ਗਾਤਾ ਹਾਂ ਆ ਭਗਤੀ ਜੈਸਾ ਪ੍ਰੇਮ ਮੇਰੇ ਕੋਲ ਲੱਗ ਗਿਆ ਹੈ ਆਪ ਮੈਂ ਤੇਰੀ ਸ਼ਰਨ ਮੈਂ ਆ ਗਿਆ ਹਾਂ ਤੇਰਾ ਨਾਮ ਮੇਰੇ ਅੰਦਰ ਵਸ ਗਿਆ ਹੈ ਹਰ ਇੱਕ ਸੋਗ ਦੋਹ ਮੈਂ ਨਿਰਾਲਾ
देनहार प्रसाद है। हे देन करने हार मेरे प्रभु, मेरे प्रभु परमेश्वर, मैं आप जान गया हूँ कोई मेरे को आरक्ष नहीं है, कोई मेरे को जोग नहीं है, इस सब चीजों से मैं छुटके निराला हो गया हूँ, निर्मल हो गया हूँ, पवित्र हो गया हूँ प्रभु। अब ना मेरे को दुख है, शोक है, रोग है, कुछ भी नहीं है, क्योंकि मैं प्रभु तेरे को पहचान लिया है, मैं तेरे को जान लिया है। जिसका साथ नहीं रख लिया सगत जुगत बने आई। हे प्रभु मैं तेरा था ना, तू मेरा था, इसलिए प्रभु तूने मेरे को रख लिया सकल जुगत बन। अब मेरे को वो तरीका आ गया है सच्चे मालिक, जो मैं तेरी शरण में आऊं, तेरी शरण में आने से मेरे को दुनिया के सुपर आफत हो जाते हैं और मेरे को तेरे चरणों में स्थान मिल जाता है। कहो नानक प्रभु दयाला कीमत कहना जाए। ये मेरे दयालु प्रभु, मेरे गुरु नानक कहते हैं, ये मेरे दाता, मेरे दाता, तेरी कीमत मैं नहीं कह सकता, तेरे गुण की मैं व्याख्या नहीं कर सकता। तू बहुत बेअंत है, तू बहुत बेअंत है, तू बहुत बेअंत है, तू करहार समरा पिता है, तू दयालु है। ये मेरे मालिक, तेरी बड़ी कृपा होगी मेरे ऊपर, तेरी बड़ी रहमत होगी। सत्संग जी, आज का यहाँ आया आपका सत्संग किया मेरा गुरु नानक, अपनी दरगाह में प्रवार करे, आपके ग्रह में सुख शांति प्यार बनाई रखे। जिन जिन का मेरी माया बहन जी का, उनके बेटे जितेंद्र जी का जन्मदिन है, आशा का जन्मदिन है, परमात्मा सबको सुमत बुद्धि बख्शे, गुरु चरणों में लाई रखे, आपके परिवारों में सुख शांति दे, जीवन सुखी हो। जीवन में जो परिवार में जो आपने खुशियां बांटनी है, बड़े प्यार से उस बच्चों को, उस अपने प्यारे प्यारे परिवार को खुशियां बांटो और प्रभु की खुशी लो। वही खुशी है जो आप प्रभु शरण में आपके नाम लेते हैं। ये नाम बाणी सब बच्चों को भी दो, आप भी दो, आपका जीवन सफल हो, ये लोग सुखी है, पर लोग सोए रे, नाम के हाथ पर आपके मेले। वाहेगुरु जी का खालसा।